ਗੁਰੂ ਪਿਆਰਿਓ ਕਰਮਾਂ ਦਾ ਜਿਹੜਾ ਚੱਕਰ ਆ ਇਹ ਬਹੁਤ ਜ਼ਿਆਦਾ ਡੂੰਘਾ ਬਾਤੇ ਲੰਮਾ ਆ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਦੇ ਬਚਨ ਸਜ਼ਾ ਹਮੇਸ਼ਾ ਕਸੂਰ ਕੀਤੇ ਦੀ ਹੀ ਮਿਲਦੀ ਆ ਕੋਈ ਦੋਸ਼ ਕੋਈ ਗਲਤੀ ਦੀ ਹੀ ਮਿਲਦੀ ਆ ਉਹ ਕਸੂਰ ਭਾਵੇਂ ਇਹ ਜਨਮ ਦਾ ਹੋਵੇ ਭਾਵੇਂ ਪਿਛਲੇ ਜਨਮ ਦਾ ਤਾਂ ਆਓ ਇੱਕ ਕਥਾ ਸਰਵਣ ਕਰੀਏ ਸਾਰੇ ਭਲੇਖੇ ਦੂਰ ਹੋ ਜਾਣਗੇ ਕਈ ਵਾਰੀ ਆਪਾਂ ਆਪਣੀ ਕਿਸਮਤ ਨੂੰ ਕੋਸਦੇ ਆ ਕਿ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਸਾਡੇ ਨਾਲ ਮਾੜਾ ਕਿਉਂ ਹੋ ਰਿਹਾ ਇੱਕ ਵਾਰ ਦੀ ਗੱਲ ਆ ਇੱਕ ਸ਼ਾਹੂਕਾਰ ਸੀ ਉਹ ਆਪਣਾ ਕਾਰੋਬਾਰ ਚਲਾਉਂਦਾ ਸੀ ਹੋਰਾਂ ਲੋਕਾਂ ਤੋਂ ਥੋੜਾ ਅਲੱਗ ਸੀਗਾ ਉਹਨੂੰ ਖੋਜ ਸੀ ਪੂਰੇ ਗੁਰੂ ਦੀ ਜੋ ਉਹਨੂੰ ਸੱਚਾ ਗਿਆਨ ਦੇ ਸਕੇ ਉਹਨਾਂ ਦਿਨਾਂ ਵਿੱਚ ਬਾਬਾ ਨਾਨਕ ਜੀ ਦਾ ਜਿਹੜਾ ਨਾਮ ਆ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕਾ ਸੀ ਉਹ ਸ਼ਾਹੂਕਾਰ ਨੂੰ ਉਹਨਾਂ ਦੇ ਦਰਸ਼ਨਾਂ ਦੀ ਡੂੰਗੀ ਚਾਹ ਸੀ ਭਰੋਸਾ ਸੀਗਾ ਕਿ ਉਹ ਉਹਨੂੰ ਸੱਚਾ ਗਿਆਨ ਦੇ ਸਕਦੇ ਆ ਦੇਖੋ ਜੀ ਸੱਚਾ ਗੁਰੂ ਬਹੁਤ ਕਿਸਮਤ ਨਾਲ ਮਿਲਦਾ ਸੰਜੋਗ ਐਸਾ ਬਣਿਆ ਗੁਰੂ ਨਾਨਕ ਸਾਹਿਬ ਜੀ ਥਾਂ ਥਾਂ ਯਾਤਰਾ ਕਰਦੇ ਹੋਏ ਇੱਕ ਵਾਰ ਉਹ ਸ਼ਾਹੂਕਾਰ ਦੇ ਪਿੰਡ ਵਿੱਚ ਆ ਪਹੁੰਚੇ ਆ ਉਹਨਾਂ ਨੇ ਕੁਝ ਦਿਨ ਉਹ ਪਿੰਡ ਵਿੱਚ ਗੁਜ਼ਾਰਨ ਦਾ ਫੈਸਲਾ ਕਰ ਲਿਆ ਬਾਬਾ ਨਾਨਕ ਜੀ ਦੀ ਆਪਣੀ ਮौज ਸੈਂਕੜੇ ਲੋਕ ਆਏ ਆ ਉਹਨਾਂ ਨੇ ਸਾਧ ਸੰਗਤ ਕੀਤੀ ਆ ਨਾਮਦਾਨ ਵੀ ਪ੍ਰਾਪਤ ਕੀਤਾ ਉਹਨਾਂ ਵਿੱਚ ਹਨੂ ਸ਼ਾਹੂਕਾਰ ਵੀ ਸ਼ਾਮਲ ਸੀ ਸ਼ਾਹੂਕਾਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਧੰਨ ਧੰਨ ਹੋ ਗਿਆ ਗੁਰਮੁਖ ਪਿਆਰਿਓ ਪਰ ਸ਼ਾਹੂਕਾਰ ਦੇ ਗਵਾਂਢ ਵਿੱਚ ਹੀ ਉਹਦਾ ਇੱਕ ਪੁਰਾਣਾ ਤੇ ਪੱਕਾ ਦੋਸਤ ਰਹਿੰਦਾ ਸੀਗਾ ਗੂੜੀ ਮਿੱਤਰਤਾ ਸੀ ਉਹ ਵੀ ਸ਼ਾਹੂਕਾਰੀ ਕਰਦਾ ਸੀ ਉਹਦਾ ਨਾਮ ਸੀਗਾ ਗੁਰਦਾਸ ਤੇ ਉਹ ਗੁਰਦਾਸ ਜਿਹੜਾ ਸੀ ਨਾ ਉਹਨੇ ਵੀ ਗੁਰੂ ਨਾਨਕ ਸਾਹਿਬ ਜੀ ਬਾਰੇ ਬੜਾ ਕੁਝ ਸੁਣਿਆ ਹੋਇਆ ਸੀਗਾ ਇਸ ਕਰਕੇ ਉਹਨਾਂ ਦੀ ਇੱਛਾ ਸੀ ਕਿ ਆਪਾਂ ਸਾਧ ਸੰਗਤ ਸੁਣਨ ਚੱਲਿਆ ਕਰੀਏ ਦੋਵਾਂ ਨੇ ਘਰੋਂ ਯੋਜਨਾ ਬਣਾਈ ਆ ਕਿ ਕੱਲ ਨੂੰ ਆਪਾਂ ਚੱਲਾਂਗੇ ਸਾਧ ਸੰਗਤ ਕਰਾਂਗੇ ਰਸਤੇ 'ਤੇ ਜਦੋਂ ਜਾਂਦੇ ਆ ਸਤ ਸੰਗਤ ਕਰਨ ਵਾਸਤੇ ਘਰੋਂ ਤਾਂ ਦੋਨੋਂ ਇਕੱਠੇ ਗਏ ਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰੀਏ ਪਰ ਰਾਹ ਵਿੱਚ ਉਹ ਗੁਰਦਾਸ ਦੀ ਜਿਹੜੀ ਨਜ਼ਰ ਸੀ ਇੱਕ ਕੋਠਾ ਸੀਗਾ ਉੱਥੇ ਬੇਸ਼ਵਾਦਾ ਉਹਦੇ ਤੇ ਪੈ ਗਈ ਆ ਉਹਦੇ ਰੂਪ ਉਹਦੇ ਨਾਜੋ ਨਖਰੇ ਇਹ ਸਭ ਕੁਝ ਦੇਖ ਕੇ ਉਹ ਖਿੱਚਿਆ ਗਿਆ ਉੱਧਰ ਕਾਮਵਾਸ਼ਨਾ ਦੇ ਅਧੀਨ ਹੋ ਕੇ ਉੱਥੇ ਰੁਕ ਗਿਆ ਉਹਦੇ ਮਿੱਤਰ ਨੇ ਸ਼ਾਹੂਕਾਰ ਨੇ ਬੜਾ ਰੋਕਿਆ ਕਿ ਮਿੱਤਰ ਗੁਰਦਾਸ ਤੂੰ ਇਦਾਂ ਨਾ ਕਰ ਪਰ ਉਹ ਕਹਿਣ ਲੱਗਾ ਨਹੀਂ ਮੈਂ ਤਾਂ ਇੱਥੇ ਜਾਵਾਂਗਾ ਹੀ ਜਾਵਾਂਗਾ ਉਦੀ ਦਲੀਲ ਦਾ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਵੀ ਆਪਾਂ ਨਾਲ ਸਾਧ ਸੰਗਤ ਕਰਨੇ ਚੱਲੇ ਆ ਤੂੰ ਕਿਹੜੇ ਨਰਕਾਂ 'ਚ ਜਾ ਰਿਹਾ ਰੋਜ਼ ਇਵੇਂ 1 ਮਹੀਨਾ ਹੋਇਆ ਗੁਰਦਾਸ ਨੂੰ ਬਥੇਰਾ ਸਮਝਾਇਆ ਪਰ ਉਹ ਮੰਨਿਆ ਨਹੀਂ ਇਵੇਂ ਕਈ ਵਾਰੀ ਆਪਾਂ ਨੂੰ ਵੀ ਮਹਾਪੁਰਖ ਬਹੁਤ ਸਮਝਾਉਂਦੇ ਆ ਬਾਬਾ ਨਾਨਕ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਕਿ ਭਾਈ ਤੁਸੀਂ ਆਪਣਾ ਜੀਵਨ ਜਿਹੜਾ ਸੁਧਾਰੋ ਅੱਗਾ ਸਵਾਰੋ ਨੇਕ ਕਮਾਈ ਕਰੋ ਬੰਦਗੀ ਕਰੋ ਪਰ ਆਪਾਂ ਮੰਨਦੇ ਨਹੀਂ ਇਸੇ ਤਰ੍ਹਾਂ ਗੁਰਦਾਸ ਜਿਹੜਾ ਸੀ ਮੰਨਿਆ ਨਹੀਂ ਇੱਕ ਮਹੀਨਾ ਇਉਂ ਹੀ ਲੰਘ ਗਿਆ ਉਹਨੇ ਦੁਰਾਚਾਰੀ ਦਾ ਰਾਹ ਨਹੀਂ ਛੱਡਿਆ ਇੱਕ ਦਿਨ ਸ਼ਾਹੂਕਾਰ ਨੇ ਆਪਣੇ ਮਿੱਤਰ ਨੂੰ ਸਮਝਾਉਣ ਲਈ ਕਿਹਾ ਕਿ ਦੇਖ ਭਾਈ ਬਹੁਤ ਹੋ ਗਿਆ ਅੱਜ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਚੱਲ ਉਹ ਅੱਜ ਪ੍ਰਸ਼ਾਦ ਦੇਣਗੇ ਤੈਨੂੰ ਤੇਰੇ ਕੋ ਕਰਮਾਂ ਦੀ ਸਜ਼ਾ ਹੋ ਸਕਦਾ ਮਾਫ਼ ਕਰ ਦੇਣ ਤੈਨੂੰ ਕਿੱਡਾ ਵੱਡਾ ਪਾਪੀ ਗੁਨਾਹਗਰ ਕਿਉਂ ਨਾ ਹੋਵੇ ਜੋ ਨੀਮਾ ਹੋ ਕੇ ਚੱਲਿਆ ਜਾਵੇ ਗੁਰੂ ਨਾਨਕ ਸਾਹਿਬ ਜੀ ਉਹਨੂੰ ਮਾਫ਼ ਕਰ ਦਿੰਦੇ ਆ ਮੇਰੀ ਦੋਸਤੀ ਦਾ ਤੈਨੂੰ ਵਾਸਤਾ ਅੱਜ ਮੇਰੇ ਨਾਲ ਜ਼ਰੂਰ ਚੱਲ ਜਿਵੇਂ ਆਪਾਂ ਕਹਿੰਦੇ ਆ ਵੀ ਜੇ ਤੂੰ ਮੇਰਾ ਮਿੱਤਰ ਆ ਤਾਂ ਅੱਜ ਮੇਰੇ ਨਾਲ ਆ ਫਲਾਣਾ ਕੰਮ ਕਰਦੇ ਲਈ ਜਾਣਾ ਹੀ ਪੈਣਾ ਤੈਨੂੰ ਸਤ ਸੰਗਤ ਵਿੱਚ ਪਹੁੰਚ ਕੇ ਤੈਨੂੰ ਪਤਾ ਲੱਗੂਗਾ ਕਿ ਸੰਤਾਂ ਦੀ ਸੰਗਤ ਦਾ ਕੀ ਲਾਭ ਹੁੰਦਾ ਕੀ ਆਨੰਦ ਆ ਉਹਦੇ ਵਿੱਚ ਇਹ ਕਹਿਣ ਸੁਣਨ ਨਾਲ ਨਹੀਂ ਹੁਣ ਗੁਰਦਾਸ ਦੇ ਉਹ ਮਨ ਦੇ ਉੱਪਰ ਜਿਹੜੇ ਸੀ ਹਨੇਰਾ ਛਾਇਆ ਹੋਇਆ ਸੀਗਾ ਉਹਨੇ ਸੁਣੀਆਂ ਨ ਸੁਣੀ ਜੀ ਕਰਤੀ ਗੱਲ ਕਹਿਣ ਲੱਗਾ ਤੂੰ ਰੋਜ਼ ਸਾਧ ਸੰਗਤ ਜਾਨਣਾ ਕੀਕ ਪੁੰਨ ਖੱਟਦਾ ਤੂੰ ਮੈਂ ਪਾਪ ਕਮਾਉਣਾ ਚਲ ਅੱਜ ਦੇਖ ਹੀ ਲੈਨੇ ਆਂ ਵੀ ਕੀ ਕੀ ਕਰਮਾਂ ਦਾ ਫਲ ਮਿਲਦਾ ਤੂੰ ਦੁਪਹਿਰੇ ਮੇਰੇ ਘਰੇ ਆਈ ਫਿਰ ਆਪਾਂ ਇਕੱਠੇ ਬੈਠ ਕੇ ਆਪਣਾ ਹਾਲ ਦੱਸਾਂਗੇ ਹੁਣ ਇੰਨੀ ਇੱਕ ਗੱਲ ਕਹਿ ਕੇ ਵੀ ਦੇਖਾਂਗੇ ਕਿਹਦੇ ਕਰਮ ਜ਼ਿਆਦਾ ਚੰਗੇ ਆ ਤਾਂ ਉਹ ਗੁਰਦਾਸ ਜਿਹੜਾ ਸੀਗਾ ਉਹ ਬੇਸ਼ਵਾ ਦੇ ਕੋਠੇ ਤੇ ਚਲਾ ਗਿਆ ਬੇਸ਼ਵਾਵ ਦੇ ਘਰ ਨਹੀਂ ਸੀਗੀ ਫਿਰ ਨਰਾਸ਼ ਹੋ ਕੇ ਘਰੇ ਆ ਗਿਆ ਆਪਣੇ ਦੋਸਤ ਦਾ ਇੰਤਜ਼ਾਰ ਕਰਨ ਲੱਗਾ ਹੁਣ ਉਹਦਾ ਜਿਹੜਾ ਦੋਸਤ ਆ ਉਹ ਬਾਬਾ ਨਾਨਕ ਜੀ ਕੀਰਤਨ ਕਰ ਰਹੇ ਸੀ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਆ ਉੱਥੇ ਇੰਨਾ ਮਗਨ ਹੋ ਗਿਆ ਉਹਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਉਹ ਦੇਰ ਨਾਲ ਪਹੁੰਚਿਆ ਤੇ ਗੁਰਦਾਸ ਸਾਹਿਬ ਦੇ ਮਿੱਤਰ ਦਾ ਇੰਤਜ਼ਾਰ ਕਰਦਾ ਸੀਗਾ ਉਹਨੇ ਆਪਦੀ ਛੋਟੀ ਹੱਥ 'ਚ ਫੜੀ ਸੀ ਉਹਨੇ ਧਰਤੀ ਫਰੋਲਣੀ ਸ਼ੁਰੂ ਕੀਤੀ ਕਈ ਵਾਰੀ ਆਪਾਂ ਨੂੰ ਆਦਤ ਹੁੰਦੀ ਹੈ ਵੈਸੇ ਹੀ ਆਪਾਂ ਮਿੱਟੀ ਪੁੱਟਣ ਲੱਗ ਜਾਨੇ ਬੈਠੇ ਬੈਠੇ ਧਰਤੀ ਨਰਮ ਸੀਗੀ ਮਿੱਟੀ ਨਿਕਲਦੀ ਗਈ ਨਿਕਲਦੀ ਗਈ ਥੋੜੀ ਦੇਰ ਬਾਅਦ ਕੀ ਹੋਇਆ ਸੋਟੀ ਇੱਕ ਮਿੱਟੀ ਦੇ ਘੜੇ 'ਚ ਜਾ ਕੇ ਵੱਜੀ ਆ ਜਿਹਦਾ ਮੂੰਹ ਟਕਿਆ ਸੀਗਾ ਤੇ ਉਹ ਗੁਰਦਾਸ ਨੇ ਟੱਕਣ ਲਾਇਆ ਕੀ ਦੇਖਦਾ ਉੱਪਰ ਹੀ ਸੋਨੇ ਦੀ ਇੱਕ ਮੋਹਰ ਪਈ ਆ ਉਹਨੇ ਸੋਚਿਆ ਕਿ ਸਾਰੇ ਹੀ ਘੜਾ ਮੋਹਰ ਨਾਲ ਭਰਿਆ ਹੋਊਗਾ ਇਹ ਸੋਚ ਕੇ ਉਹਨੇ ਘੜਾ ਬਾਹਰ ਕੱਢਿਆ ਖੁਸ਼ੀ-ਖੁਸ਼ੀ ਚ ਚਾਹ ਹੋ ਗਿਆ ਵੀ ਇੰਨੀਆਂ ਮੋਹਰਾਂ ਮਿਲ ਗਈਆਂ ਪਰ ਇਹ ਸਭ ਕੁਝ ਦੇਖ ਕੇ ਉਹਨੂੰ ਨਿਰਾਸ਼ਾ ਹੋਈ ਮੋਹਰ ਸਿਰਫ ਉਹਦੇ ਚੱਕੀ ਸੀਗੀ ਬਾਕੀ ਦਾ ਘੜਾ ਸਾਧ ਸੰਗਤ ਜੀ ਕੋਲਿਆਂ ਨਾਲ ਭਰਿਆ ਹੋਇਆ ਸੀਗਾ ਸਾਰੇ ਕੋਲੇ ਬਣੇ ਪਏ ਸੀਗੇ ਚਲੋ ਉਹਨੇ ਮਨ ਨੂੰ ਤਰਵਾਸ ਦਿੱਤਾ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਬਿਨਾ ਹੱਥ ਹਿਲਾਏ ਇੱਕ ਮੋਹਰ ਤਾਂ ਮਿਲੀ ਉਸੇ ਵੇਲੇ ਉਹਦਾ ਦੋਸਤ ਲੰਗ ਮਾਰਦਾ ਵਿਚਾਰਾ ਉ ਲਗੜਾਉਂਦਾ ਹੋਇਆ ਉੱਥੇ ਆਇਆ ਸ਼ਾਹੂਕਾਰ ਪੀੜ ਨਾਲ ਪਰੇਸ਼ਾਨ ਸੀਗਾ ਕਹਿੰਦਾ ਕੀ ਹੋ ਗਿਆ ਤੈਨੂੰ ਗੁਰਦਾਸ ਨੇ ਪੁੱਛਿਆ ਉਹ ਕਹਿੰਦਾ ਕੀ ਦਸਾਂ ਅਚਾਨਕ ਇੱਕ ਲੰਮੀ ਸੂਲ ਨਾ ਪੈਰ 'ਤੇ ਚੁੱਭ ਗਈ ਆ ਤੇ ਮੇਰਾ ਪੈਰ ਜ਼ਖਮੀ ਹੋ ਗਿਆ ਬਦਕਿਸਮਤੀ ਨਾਲ ਸੂਲ ਅੰਦਰ ਹੀ ਟੁੱਟ ਗਈ ਆ ਜਿਸ ਕਾਰਨ ਪੀੜ ਹੋਰ ਵੱਧ ਗਈ ਆ ਗੁਰਦਾਸ ਜਿਹੜਾ ਸੀ ਉੱਚੀ ਉੱਚੀ ਹੱਸਿਆ ਕਹਿੰਦਾ ਮਿੱਤਰ ਹੁਣ ਤੂੰ ਖੋਦੀ ਦੇਖ ਲਾ ਵੀ ਤੈਨੂੰ ਸਾਧ ਸੰਗਤ ਵਿੱਚ ਜਾ ਕੇ ਕੀ ਮਿਲਿਆ ਮੈਨੂੰ ਪਾਪ ਕਮਾਉਣਾ ਤੂੰ ਕਹਿੰਦਾ ਸੀ ਮੈਂ ਪਾਪ ਕਮਾਉਣਾ ਦੇਖ ਲੈ ਮੈਨੂੰ ਕੀ ਫਲ ਮਿਲਿਆ ਤੂੰ ਸੂਲ ਦੀ ਪੀੜ ਨਾਲ ਹਾਏ ਹਾਏ ਕਰੀ ਜਾਂਦਾ ਕੁਰਲਾ ਰਿਆਂ ਮੈਨੂੰ ਦੇਖ ਬੈਠੇ ਬਿਠਾਏ ਨੂੰ ਸੋਨੇ ਦੀ ਮੋਹਰ ਮਿਲ ਗਈ ਆ ਉਹਨੇ ਉਹ ਸੋਨੇ ਦੀ ਮੋਹਰ ਅੱਗੇ ਕੀਤੀ ਆ ਕਹਿੰਦਾ ਤੂੰ ਹਲੇ ਵੀ ਕਹੀ ਜਾਂਦਾ ਵੀ ਸਾਧ ਸੰਗਤ ਕਰਨੀ ਚਾਹੀਦੀ ਆ ਕੀ ਮਿਲਿਆ ਤੈਨੂੰ ਸਾਧ ਸੰਗਤ ਵਿੱਚ ਜਾ ਕੇ ਆ ਪੈਰ 'ਚ ਕੰਡਾ ਵੱਜਿਆ ਤੇਰੇ ਇਹ ਸ਼ਬਦ ਨਿਕਲੇ ਤਾਂ ਇਹੋ ਜਿਹੇ ਵਿਅਕਤੀ ਦੇ ਮੂੰਹੋਂ ਸੀਗੇ ਜਿਹਨੂੰ ਸੰਤਾਂ ਦੇ ਸਤ ਸੰਗਤ ਦੀ ਮਹਿਮਾ ਦਾ ਪਤਾ ਨਹੀਂ ਸੀ ਤਜਰਬਾ ਨਹੀਂ ਸੀ ਪਰ ਸ਼ਾਹੂਕਾਰ ਦੇ ਮਨ 'ਚ ਵੀ ਇਹ ਵਹਿਮ ਜਿਹਾ ਆ ਗਿਆ ਵੀ ਹਾਂ ਗੱਲ ਇਹਦੀ ਠੀਕ ਆ ਕਈ ਵਾਰੀ ਆਪਾਂ ਵੀ ਸੋਚਦੇ ਆਂ ਵੀ ਆਪਾਂ ਤਾਂ ਇੰਨਾ ਪਾਠ ਕਰਦੇ ਆਂ ਇੰਨੀ ਬੰਦਗੀ ਕਰਦੇ ਆਂ ਵੀ ਸਾਡਾ ਤਾਂ ਸਾਡੇ ਘਰ ਵਿੱਚ ਨਾ ਖੁਸ਼ੀਆਂ ਨਹੀਂ ਆਉਂਦੀਆਂ ਪਾਪੀ ਬੰਦੇ ਹੱਸਦੇ ਖੇਡਦੇ ਫਿਰਦੇ ਸਵਾਲ ਪੈਦਾ ਹੋ ਜਾਂਦਾ ਨਾ ਉਹੀ ਫੁਰਨਾ ਉਹਦੇ ਅੰਦਰ ਬਣ ਗਿਆ ਕਹਿੰਦਾ ਪਤਾ ਨਹੀਂ ਕੀ ਗੱਲ ਆ ਦੁਨੀਆ ਵਿੱਚ ਪਾਪ ਫਲਦਾ ਨੇਕ ਲੋਕ ਪੈਸਦੇ ਆ ਕਸ਼ਟ ਸਹਾਰਦੇ ਆ ਐਵੇਂ ਗੁਰਦਾਸ ਕਹਿੰਦਾ ਹਮੇਸ਼ਾ ਪਾਪ ਕਰਦਾ ਤੇ ਮੈਂ ਭਗਤੀ 'ਚ ਲੱਗਦਾ ਮੰਨ ਲਾਉਣਾ ਤਤਨ ਕਰਦਾ ਉਹਨੂੰ ਸੋਨੇ ਦੀ ਮੋਹਰ ਮਿਲ ਗਈ ਮੇਰੇ ਪੱਲੇ ਸੂਲ ਪਈ ਆ ਤੇ ਇੰਨੀ ਪੀੜ ਹੋਈ ਜਾਂਦੀ ਆ ਸਾਧ ਸੰਗਤ ਵਿੱਚ ਜਾਣ ਦਾ ਕੀ ਲਾਭ ਇਸ ਕਰਕੇ ਵੀ ਹੁਣ ਮੈਂ ਵੀ ਇਹਦੇ ਵਾਂਗੂ ਕਰਨ ਲੱਗ ਜਾ ਨਾ ਫਿਰ ਉਹ ਸੋਚਣ ਲੱਗਾ ਵੀ ਇਹ ਤਾਂ ਭਰਮ ਜਿਹਾ ਇੱਕ ਇਹ ਸਵਾਲ ਵੱਡਾ ਵਾ ਹਰ ਸਵਾਲ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਕੋਲ ਹੈ ਉਹ ਦੇਣਗੇ ਵੀ ਸਾਡੇ ਕੀਤੇ ਇਹ ਹੱਲ ਨਹੀਂ ਹੋਣਾ ਇਹ ਤਾਂ ਭਰਮ ਜਿਆ ਪੈ ਗਿਆ ਬਹੁਤ ਔਨੇ ਆਪਦੇ ਮਿੱਤਰ ਨਾਲ ਸਲਾਹ ਕੀਤੀ ਆ ਕਹਿੰਦਾ ਆਪਾਂ ਗੁਰੂ ਸਾਹਿਬ ਕੋਲ ਨਾ ਚੱਲੀਏ ਇਹ ਸ਼ੰਕਾ ਜੋ ਵੀ ਤੇਰੇ ਮਨ ਦਾ ਤੂੰ ਕਹਿਣਾ ਵੀ ਤੂੰ ਠੀਕ ਆ ਮੈਂ ਕਹਿਣਾ ਮੈਂ ਠੀਕ ਆ ਗੁਰੂ ਸਾਹਿਬ ਤੋਂ ਆਪਾਂ ਪੁੱਛੀਏ ਜਾ ਕੇ ਦੋ ਇਹ ਜਾ ਕੇ ਮਹਾਰਾਜ ਕੋਲ ਪਹੁੰਚੇ ਆ ਗੁਰੂ ਨਾਨਕ ਸਾਹਿਬ ਜੀ ਕੋਲ ਆਪ ਬੀਤੀ ਸੁਣਾਈ ਆ ਗੁਰੂ ਸਾਹਿਬ ਜੀ ਅੰਤਰ ਧਿਆਨ ਹੋਇਆ ਮਹਾਰਾਜ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਉਹਨਾਂ ਦੇ ਪਿਛਲੇ ਜਨਮਾਂ ਤੇ ਕਰਮਾਂ ਤੇ ਦ੍ਰਿਸ਼ਟੀ ਪਾਈ ਆ ਗੁਰੂ ਮਹਾਰਾਜ ਨੇ ਉਹਨਾਂ ਦੇ ਪਿਛਲੇ ਕਰਮ ਦੇਖੇ ਆ ਕਿ ਦੋਨੋਂ ਜਾਨੇ ਪਿਛਲੇ ਕਰਮ ਕਹਿੋ ਜੇ ਸੀ ਇਹਨਾਂ ਦੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਾਂ ਪਿਛਲੇ ਜਨਮਾਂ ਦੇ ਮਹਾਰਾਜ ਨੇ ਪਹਿਲਾਂ ਗੁਰਦਾਸ ਨੂੰ ਕਿਹਾ ਅਸਲ ਵਿੱਚ ਪਿਛਲੇ ਜਨਮ ਵਿੱਚ ਤੂੰ ਇੱਕ ਮੋਹਰ दान ਵਿੱਚ ਦਿੱਤੀ ਸੀ ਕਿਸੇ ਨੂੰ ਜਿਹਦੇ ਫਾਲ ਵਜੋਂ ਅੱਜ ਤੈਨੂੰ ਮੋਹਰਾਂ ਦਾ ਭਰਿਆ ਹੋਇਆ ਘੜਾ ਮਿਲਣਾ ਸੀਗਾ ਪਰ ਇਹ ਜਨਮ ਵਿੱਚ ਤੂੰ ਕੋ ਕਰਮ ਕੀਤੇ ਆ ਜਿਉਂ-ਜਿਉਂ ਤੂੰ ਪਾਪ ਕਰਦਾ ਸੀ ਸੋਨੇ ਦੀ ਇੱਕ ਮੋਹਰ ਦਾ ਕੋਲਾ ਬਣ ਜਾਂਦਾ ਸੀ ਅੱਜ ਤੂੰ ਪਾਪਾਂ ਤੋਂ ਬਚਿਆ ਰਿਹਾ ਇਸ ਲਈ ਇੱਕ ਮੋਹਰ ਤੈਨੂੰ ਮਿਲ ਗਈ ਆ ਨਹੀਂ ਤਾਂ ਉਹਦਾ ਵੀ ਕੋਲਾ ਬਣ ਜਾਣਾ ਸੀ ਬੇਸ਼ਵਾ ਘਰ ਵਿੱਚ ਨਹੀਂ ਸੀ ਫਿਰ ਗੁਰੂ ਸਾਹਿਬ ਜੀ ਨੇ ਸ਼ਾਹੂਕਾਰ ਨੂੰ ਕਿਹਾ ਤੂੰ ਪਿਛਲੇ ਜਨਮ ਵਿੱਚ ਭਾਈ ਇੱਕ ਨਰਦਈ ਰਾਜਾ ਸੀਗਾ ਤੇਰੇ ਹੁਕਮ ਦੇ ਨਾਲ ਇੱਕ ਨੀ ਦੋ ਨਹੀਂ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਨ੍ਹਾਂ ਕੁਕਰਮਾਂ ਦਾ ਫਲ ਭੋਗਣ ਲਈ ਤੈਨੂੰ ਅਨੇਕਾਂ ਜ਼ੁਲਮ ਸਹਣੇ ਪੈਣੇ ਸੀਗੇ ਤੈਨੂੰ ਤਾਂ ਸੂਲੀ ਤੇ ਚੜ੍ਹਨਾ ਪੈਣਾ ਸੀ ਫਾਂਸੀ ਦੇ ਤਖਤੇ ਤੇ ਚੜ੍ਹਨਾ ਪੈਣਾ ਸੀ ਤੂੰ ਸਾਧ ਸੰਗਤ ਵਿੱਚ ਆਉਣ ਲੱਗ ਗਿਆ ਇਥੇ ਰੱਬ ਦੇ ਪਿਆਰੇ ਆ ਇਹ ਬਾਣੀ ਦੀ ਸ਼ਰਨ ਲੈ ਲਈ ਤੂੰ ਅਕਾਲ ਪੁਰਖ ਦੀ ਤੇਰੇ ਕਰਮਾਂ ਦਾ ਬੋਝ ਹਲਕਾ ਹੁੰਦਾ ਗਿਆ ਅਣਗਿਣਤ ਲੋਕਾਂ ਦੀ ਹੱਤਿਆ ਦਾ ਫਲ ਕਿੱਡਾ ਵੱਡਾ ਹੁੰਦਾ ਤੈਨੂੰ ਪਤਾ ਤੂੰ ਇੱਕ ਦਰਦਨਾਕ ਮੌਤ ਤੋਂ ਬਚ ਗਿਆ ਤੇਰੀ ਸੂਲੀ ਤੋਂ ਸੂਲ ਬਣ ਗਈ ਆ ਮਹਾਰਾਜ ਦੇ ਬਚਨ ਸੀ ਬਾਬਾ ਨਾਨਕ ਜੀ ਦੇ ਤਾਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਦੋਵੇਂ ਜਾਣੇ ਉਹਨਾਂ ਦੇ ਚਰਨਾਂ ਤੇ ਟੈਪੇ ਆ ਤੇ ਆਪਣੇ ਕੀਤੇ ਪਾਪਾਂ ਦਾ ਪਛਤਾਵਾ ਕੀਤਾ ਜਿਵੇਂ ਜਿਵੇਂ ਸਮਾਂ ਬੀਤਿਆ ਸਾਧ ਸੰਗਤ ਜੀ ਦੋਹਾਂ ਦਾ ਮਨ ਨਿਰਮਲ ਹੁੰਦਾ ਗਿਆ ਉਹਨਾਂ ਦਾ ਜੀਵਨ ਹੀ ਬਦਲ ਗਿਆ ਦੋਵੇਂ ਜਾਣੇ ਸਾਧ ਸੰਗਤ ਦੀ ਸੇਵਾ ਤੇ ਗੁਰ ਭਗਤੀ ਵਿੱਚ ਲੱਗ ਗਏ ਆ ਜੀ ਪੂਰੇ ਸਤਿਗੁਰੂ ਦੀ ਸਤ ਸੰਗ ਅਤੇ ਸ਼ਰਣ ਦੀ ਮਹਿਮਾ ਅਪਰੰਪਾਰ ਹੈ ਇਹਦੇ ਨਾਲ ਸੂਲੀ ਦੀ ਸੂਲ ਬਣ ਜਾਂਦੀ ਆ ਗੁਰਮਖ ਪਿਆਰਿਓ ਇਹ ਗੁਰੂ ਕਿਰਪਾ ਕਰਦਾ ਕਈ ਵਾਰੀ ਅਸੀਂ ਐਵੇਂ ਹੀ ਕਹਿ ਦਿੰਨੇ ਆ ਉਹ ਕਲਯੋਗ ਆ ਭਾਈ ਇਹਦੇ ਵਿੱਚ ਪਾਪ ਫਲਦਾ ਚੰਗੇ ਲੋਕ ਦੁਖੀ ਰਹਿੰਦੇ ਆ ਐਸੀ ਗੱਲ ਨਹੀਂ ਹੈਗੀ ਇਹ ਕਰਮਾਂ ਦੇ ਸੌਦੇ ਆ ਸਾਰੇ ਜੋ ਵੀ ਹੋ ਰਿਹਾ ਇਸ ਕਰਕੇ ਗੁਰਮੁਖ ਪਿਆਰਿਓ ਸਾਨੂੰ ਗੁਰੂ ਤੇ ਮਹਾਪੁਰਖਾਂ ਦੇ ਬਚਨਾਂ ਬਾਬਾ ਅਨੰਦ ਸਿੰਘ ਜੀ ਦੇ ਕਹਿੰਦੇ ਸੱਚੇ ਪਾਤਸ਼ਾਹ ਜੀ ਤੇ ਭਾਵਨਾ ਬਣਾ ਕੇ ਸਾਧ ਸੰਗਤ ਕਰਨੀ ਚਾਹੀਦੀ ਆ ਰੱਬ ਦਾ ਨਾਮ ਜਪਣਾ ਚਾਹੀਦਾ ਹੁਣ ਸੱਚੇ ਪਾਤਸ਼ਾਹ ਜੀ ਨੂੰ ਭਾਵੇਂ ਕੋਈ ਮਨੁੱਖ ਕਹਿ ਲਵੇ ਭਾਵੇਂ ਗੁਰਸਿੱਖ ਕਹਿ ਲਵੇ ਭਾਵੇਂ ਗੁਰਮੁਖ ਭਾਵੇਂ ਸਾਧ ਭਾਵੇਂ ਸੰਤ ਭਾਵੇਂ ਪਰਮੇਸ਼ਰ ਫਲ ਤੁਹਾਡੀ ਭਾਵਨਾ ਨੂੰ ਲੱਗਣਾ ਇਹ ਮਹਾਂਪੁਰਖਾਂ ਦੇ ਬਚਨ ਸਤਗੁਰ ਨੂੰ ਜੇਹਾ ਕੋ ਐਛ ਦਾ ਤੇਹਾ ਫਲ ਪਾਏ ਕੋਏ ਜੇਹਾ ਸਤਗੁਰ ਕਰ ਜਾਣਿਆ ਤੇ ਉਹ ਜੇਹਾ ਸੁਖ ਹੋਏ ਰੱਬ ਵੱਲੋਂ ਕੋਈ ਕਮੀ ਨਹੀਂ ਗੁਰੂ ਵੱਲੋਂ ਕੋਈ ਕਮੀ ਨਹੀਂ ਹੈਗੀ ਘਾਟਾ ਸਾਡੀ ਭਾਵਨਾ ਵਿੱਚ ਆ ਭਾਵਨਾ ਦੀ ਕਮਾਈ ਵਿੱਚ ਆ ਪਰਮਾਤਮਾ ਦੀ ਜੋਤ ਤਾਂ ਸਾਰਿਆਂ 'ਚ ਹੀ ਆ ਦੇਖੋ ਕੁੱਤੇ 'ਚ ਵੀ ਆ ਗਧੇ 'ਚ ਵੀ ਆ ਸੱਪ 'ਚ ਵੀ ਆ ਕਾਂ 'ਚ ਵੀ ਆ ਕਿੰਨੀਆਂ ਜੂਨਾਂ ਨੇ ਪਰ ਆਪਾਂ ਇਹਨਾਂ ਨੂੰ ਮੱਥਾ ਨਹੀਂ ਨਾ ਟੇਕਦੇ ਆਪਾਂ ਗੁਰੂ ਸਾਹਿਬਾਨ ਨੂੰ ਕਿਉਂ ਮੱਥਾ ਟੇਕਦੇ ਆਂ ਕੱਲ ਸੋਚਣ ਵਾਲੀ ਆ ਇਹ ਪਰਮਾਤਮਾ ਦੀ ਜੋਤ ਤਾਂ ਸਾਰਿਆਂ ਵਿੱਚ ਹੀ ਆ ਇਹ ਬੱਚੇ ਜਿਹੜੇ ਆ ਆਪਾਂ ਦੇਖਦੇ ਆਂ ਹਾਲੇ ਪਹਿਲੀ ਕਲਾਸ 'ਚ ਆ ਕੋਈ ਦੂਜੀ 'ਚ ਆ ਕੋਈ ਪੰਜਵੀਂ 'ਚ ਆ ਕੋਈ ਇਸ ਤਰ੍ਹਾਂ ਵੀ ਆਪਾਂ ਇਹਨਾਂ ਨੂੰ ਮੱਥਾ ਥੋੜੀ ਟੇਕਦੇ ਆਂ ਇਨਾਂ 'ਚ ਜੋ ਤਾਂ ਪ੍ਰਮਾਤਮਾ ਦੀ ਇਹ ਵੀ ਪ੍ਰਮਾਤਮਾ ਦਾ ਹੀ ਇੱਕ ਰੂਪ ਆ ਪ੍ਰਮਾਤਮਾ ਸਾਗਰ ਆ ਤਾਂ ਇਹ ਉਹਦੀਆਂ ਲਹਿਰਾਂ ਨੇ ਪ੍ਰਮਾਤਮਾ ਸੂਰਜ ਆ ਤਾਂ ਇਹ ਉਹਦੀਆਂ ਕਿਰਨਾਂ ਨੇ ਗੁਰਮਖ ਪਿਆਰਿਓ 84 ਲੱਖ ਜੂਨ ਇਹ ਅਕਾਲ ਪੁਰਖ ਨੇ ਜਿਹੜੀ ਬਣਾਈ ਆ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਕਿੰਨੇ ਜੀਵ ਸਾਡੇ ਆਲੇ-ਦੁਆਲੇ ਆ ਕਿੰਨਾ ਕੋਜਾ ਏਡੀ ਵੱਡੀ ਧਰਤੀ ਐਡਾ ਬ੍ਰਹਿਮੰਡ ਚਲਾਉਣ ਵਾਲਾ ਕੌਣ ਆ ਚਲਾਉਣ ਵਾਲੀ ਸ਼ਕਤੀ ਨੂੰ ਉਹਨੂੰ ਪ੍ਰਮਾਤਮਾ ਕਹਿ ਦਈਏ ਅਕਾਲ ਪੁਰਖ ਕਹਿ ਲੋ ਰੱਬ ਕਹਿ ਦਈਏ ਜਿਨੇ ਨਾਮ ਆਪਾਂ ਪਿਆਰ ਵਿੱਚ ਆ ਕੇ ਲੈ ਲਾਂਗੇ ਸਾਰੇ ਹੀ ਚੰਗੇ ਆ ਰੱਬ ਦਾ ਨਾਮ ਕਿਹੜਾ ਚੰਗਾ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਤਾਂ ਪ੍ਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੀ ਹੈ ਇਹਦੀ ਰਟ ਜੇ ਤੁਸੀਂ ਲਾਉਣ ਵਾਲਿਆਂ ਦੀ ਜ਼ਿੰਦਗੀ ਵੇਖੋਗੇ ਉਹਨੀ ਜ਼ਿੰਦਗੀ ਉਹਨਾਂ ਦੀ ਚੰਗੀ ਨਹੀਂ ਜੇ ਤੁਸੀਂ اخلاق ਦੇਖੋਗੇ ਪਹਿਲਾਂ ਇਹ ਜੋਤ ਆਪਦੇ ਗੁਰੂ 'ਚ ਦੇਖੋ ਇਹਨੂੰ ਗੁਰੂ 'ਚ ਦੇਖਣ ਦਾ ਯਤਨ ਕਰੋ ਨੀ ਕੇਵਲ ਗੱਲਾਂ ਹੀ ਰਹਿ ਜਾਂਦੀਆਂ ਰੱਬ ਸਾਰਿਆਂ 'ਚ ਰੱਬ ਕਣ-ਕਣ 'ਚ ਵਸਦਾ ਗੱਲੀ ਯੋਗ ਨਾ ਹੋਈ ਕਈਆਂ ਦੀ ਇਹ ਰਟ ਲਾਈ ਹੁੰਦੀ ਆ ਪ੍ਰਮਾਤਮਾ ਦੀ ਜੋਤ ਸਾਰਿਆਂ 'ਚ ਪਰ ਉਹ ਪਰਿਵਾਰ 'ਚ ਹੀ ਲੜੀ ਜਾਂਦੇ ਆ ਉਹਨਾਂ ਨੂੰ ਆਪਦੇ ਘਰ ਵਿੱਚ ਜੋਤ ਦਿਖਾਈ ਨਹੀਂ ਦਿੰਦੀ ਉਹ ਗਵਾਂਡੀਆਂ ਨਹੀਂ ਜਿਦੀ ਜਾਂਦੇ ਆ ਇਸ ਤਰ੍ਹਾਂ ਭਾਈ ਪਹਿਲਾਂ ਜੋਤ ਜਿਹੜੀ ਆ ਨਾ ਅਕਾਲ ਪੁਰਖ ਦੀ ਗੁਰੂ ਸਾਹਿਬ ਵਿੱਚ ਦੇਖਣ ਦੀ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਜੋਤ ਗੁਰੂ ਸਾਹਿਬ ਦੇ ਵਿੱਚ ਨਜ਼ਰ ਆ ਜਾਵੇਗੀ ਕਿ ਮੇਰਾ ਗੁਰੂ ਜਾਗਤ ਗੁਰੂ ਆ ਸਤਗੁਰ ਜਾਗਤਾ ਹੈ ਦਿਓ ਹਾਜ਼ਰ ਨਾਜ਼ਰ ਸਮਝ ਕੇ ਸੇਵਾ ਕਰੋਗੇ ਉਦੋਂ ਤੱਕ ਤੁਸੀਂ ਵੇਖੋਗੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਨਹੀਂ ਤਾਂ ਸਭ ਫੋਕਟ ਗੱਲਾਂ ਨੇ ਪਹਿਲਾਂ ਗੁਰੂ ਸਾਹਿਬ ਦੇ ਵਿੱਚੋਂ ਪ੍ਰਗਟ ਗੁਰਾਂ ਕੀ ਦੇਹ ਦੇ ਦਰਸ਼ਨ ਕਰੋ ਫਿਰ ਕਰਮਾਂ ਦਾ ਗਿਆਨ ਵੀ ਹੋ ਜਾਊਗਾ ਫਿਰ ਸਾਰਿਆਂ 'ਚ ਜੋਤ ਵੀ ਦਿਖ ਜੂਗੀ ਇਸ ਕਰਕੇ ਜੇ ਗੁਰੂ ਸਾਹਿਬ ਜੀ ਨੂੰ ਛੱਡ ਕੇ ਜੋਤ ਉੱਪਰ ਕਿਸੇ ਗੋਲ ਚੱਕਰ 'ਚ ਲੱਭ ਰਹੇ ਹੋ ਤਾਂ ਤੁਹਾਨੂੰ ਹਜੇ ਪੜ੍ਹਾਈ ਦੀ ਲੋੜ ਆ ਤਾਂ ਇਸ ਤਰ੍ਹਾਂ ਭਾਈ ਸਾਨੂੰ ਆਪਣੀ ਜ਼ਿੰਦਗੀ ਸਵਾਰਨੀ ਚਾਹੀਦੀ ਆ ਇਹ ਕਰਮਾਂ ਦੇ ਜਿਹੜੇ ਚੱਕਰ ਆ ਕਰਮਾਂ ਦਾ ਜਿਹੜਾ ਚੱਕਰ ਆ ਹੋ ਕੇ ਹੀ ਰਹਿੰਦਾ ਹੈ ਸੂਲੀ ਤੋਂ ਸੂਲ ਬਣ ਜਾਂਦੀ ਆ ਤੇ ਕਈ ਵਾਰੀ ਮੋਹਰਾ ਜਿਹੜੀਆਂ ਸਵਾਸ ਆ ਸਵਾਸ ਰੂਪੀ ਕੀਮਤੀ ਮੋਹਰਾ ਇਹ ਖਜ਼ਾਨਾ ਕਈ ਅਜਾਈਂ ਗਵਾ ਦਿੰਨੇ ਆ ਸਵਾਹ ਕਰ ਦਿੰਨੇ ਆ ਜਿਸ ਦਿਨ ਰੱਬ ਨੂੰ ਚੇਤੇ ਨਹੀਂ ਕਰਦੇ ਉਹ ਸਵਾਸ ਸਾਡਾ ਸਫਲ ਨਹੀਂ ਜਿਹੜੇ ਨੋਟ ਦੇ ਉੱਪਰ ਮੋਹਰ ਨਾ ਲੱਗੀ ਹੋਵੇ ਆਪਾਂ ਕਹਿੰਨੇ ਆ ਇਹ ਤਾਂ ਸਿੱਕਾ ਖੋਟਾ ਇਹ ਪੈਸਾ ਜਿਹੜਾ ਹੈ ਇਹ ਨਹੀਂ ਚੱਲਣਾ ਚਾਹੇ ਸਿੱਕਾ ਵਾ ਚਾਹੇ ਕਾਗਜ਼ ਦਾ ਨੋਟ ਆ ਇਹ ਮੋਹਰ ਨਾ ਲੱਗੀ ਹੋਵੇ ਫਿਰ ਆਪਾਂ ਕਹਿੰਨੇ ਆ ਕਿ ਨਕਲੀ ਆ ਖੋਟਾ ਸਤਗੁਰ ਖੋਟਿਆਂ ਖਰੇ ਕਰੇ ਆਪਾਂ ਖੋਟਿਆਂ ਨਾਮ ਤੋਂ ਬਿਨਾ ਜਿੰਨਾ ਸਮਾਂ ਨਾਮ ਦੀ ਮੋਹਰ ਨਹੀਂ ਲੱਗਦੀ ਖੋਟਈਆਂ ਤੇ ਖਰੇ ਕਿਨੇ ਕਰਨਾ ਸਾਨੂੰ ਸਤਗੁਰ ਖੋਟਿਆਂ ਖਰੇ ਕਰੇ ਮਹਾਰਾਜ ਨੇ ਖੋਟਿਆਂ ਤੋਂ ਖਰੇ ਬਣਾਉਣਾ ਸਾਡੇ ਚ ਨਹੀਂ ਸਮਰੱਥਾ ਹੈ ਨਹੀਂ ਤੇ ਮਹਾਪੁਰਖ ਤਾਂ ਇਸ ਤਰ੍ਹਾਂ ਕਿਆ ਕਰਦੇ ਸੀ ਬਾਬਾ ਅਨੰਦ ਸਿੰਘ ਜੀ ਕਿ ਜਿਵੇਂ ਸੱਪ ਕੁੰਜ ਲਾ ਕੇ ਛੱਟ ਦਿੰਦਾ ਕੰਜ ਕਿਸੇ ਪਾਸੋਂ ਟੁੱਟੀ ਨਹੀਂ ਹੁੰਦੀ ਸੱਪ ਦੇ ਹੱਥ ਪੈਰ ਨਹੀਂ ਹੁੰਦੇ ਸਾਰੇ ਹੈਰਾਨ ਹੁੰਦੇ ਆ ਵੀ ਸੱਪ ਕੰਜ ਲਾ ਕੇ ਵਿਚੋਂ ਦੀ ਕਿਵੇਂ ਲੰਘ ਗਿਆ ਇਸੇ ਤਰ੍ਹਾਂ ਮਹਾਪੁਰਖ ਆਉਂਦੇ ਆ ਪਤਾ ਹੀ ਨਹੀਂ ਲੱਗਣ ਦਿੰਦੇ ਕਿਵੇਂ ਸਰੀਰ ਰੂਪੀ ਚੋਲੇ ਤੋਂ ਬਾਹਰ ਨਿਕਲ ਗਏ ਤੇ ਜੇ ਆਪਾਂ ਹਾਥੀ ਦੇ ਗਲ ਵਿੱਚ ਕੱਚੇ ਧਾਗੇ ਦੀ ਤੰਦ ਪਾ ਦਈਏ ਤਾਂ ਕੀ ਉਹਨੂੰ ਤੋੜਨ ਨੂੰ ਧੀਰ ਲੱਗੇਗੀ ਨਹੀਂ ਇੱਕ ਸੈਕਿੰਡ ਵਿੱਚ ਤੋੜ ਦਿੰਦਾ ਇਸੇ ਤਰ੍ਹਾਂ ਜਿਹੜੇ ਮਹਾਪੁਰਖਾ ਨੇਤਰ ਦੇ ਫੋਰ ਵਿੱਚ ਹੀ ਚੋਲਾ ਬਦਲ ਲੈਂਦੇ ਆ ਤੇ ਜਦੋਂ ਆਪਾਂ ਇੱਕ ਚੂਲਾ ਲਾਉਨੇ ਆ ਦੂਜਾ ਪਾ ਲੈਨੇ ਆ ਜਿੰਨੀ ਦੇਰ ਚੂਲਾ ਬਦਲਣ ਨੂੰ ਲੱਗਦੀ ਆ ਪੂਰਨ ਮਹਾਪੁਰਖ ਜਿਹੜੇ ਨੇ ਗੁਰਮੁਖ ਪਿਆਰਿਓ ਸਰੀਰ ਰੂਪੀ ਚੂਲਾ ਬਦਲਣ ਨੂੰ ਇੰਨੀ ਦੇਰ ਵੀ ਨਹੀਂ ਲਾਉਂਦੇ ਭਾਵ ਕਿ ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਆਪਾਂ ਨੂੰ ਡਰ ਇਸੇ ਕਰਕੇ ਕਰਮਾਂ ਦੇ ਸਵਾਲ ਸਾਡੇ ਅੰਦਰ ਪੈਦਾ ਹੋ ਜਾਂਦੇ ਆ ਤੀਸਰੇ ਪਾਤਸ਼ਾਹ ਜੀ ਦਾ ਵੀ ਬਚਨ ਨਾ ਨਾ ਕਿਆ ਜਾਣਾਂ ਕਿਬ ਮਰਹਣਗੇ ਕੈਸਾ ਮਰਨਾ ਹੋਏ ਏ ਨਹੀਂ ਪਤਾ ਕਦੋਂ ਕਿੱਥੇ ਕਿਵੇਂ ਮਰ ਜਾਣਾ ਹੈ ਪਰ ਜੇਕਰ ਸਾਹਿਬ ਮਨਹੁ ਨਾ ਬਿਸਰੈ ਤਾਂ ਸਹਿਲਾ ਮਰਣਾ ਹੋਈ ਜੇ ਗੁਰੂ ਨੂੰ ਚੇਤੇ ਰੱਖੀਏ ਭਲਾਈਏ ਨਾ ਤੇ ਫਿਰ ਸੌਖਾ ਹੁੰਦਾ ਮਰਨਾ ਸੌਖਾ ਮਰਨ ਤੋਂ ਭਾਵ ਇਹ ਆ ਵੀ ਭਾਵੇਂ ਬੰਦ ਬੰਦ ਕੱਟੇ ਜਾਣ ਭਾਵੇਂ ਚੜਖੜੀਆਂ ਤੇ ਚੜਿਆ ਜਾਵੇ ਜੇ ਗੁਰੂ ਅੰਦਰ ਹੈ ਗੁਰੂ ਦੀ ਯਾਦ ਅੰਦਰ ਫਿਰ ਉਹ ਮਰਨਾ ਸੌਖਾ ਹੀ ਹੁੰਦਾ ਭਾਵੇਂ ਸ਼ਹਾਦਤ ਹੋਵੇ ਤਾਂ ਇਹ ਸਹਿਲਾ ਮਰਨਾ ਹੁੰਦਾ ਭਾਵ ਕਿ ਰੱਬ ਨੂੰ ਯਾਦ ਰੱਖ ਕੇ ਮਰਨਾ ਗੱਲ ਉਦੋਂ ਨਹੀਂ ਬਣਦੀ ਜਦੋਂ ਰੱਬ ਨੂੰ ਮੜਮੜੇ ਯਾਦ ਕਰਨਾ ਪਵੇ ਗੱਲ ਉਦੋਂ ਬਣਦੀ ਹੈ ਜਦੋਂ ਭੁੱਲੇ ਹੀ ਨਾ ਤਾਂ ਇਹ ਬਾਬਾ ਅਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਦੀ ਸੰਗਤਾਂ ਨੂੰ ਦੱਸਿਆ ਕਰਦੇ ਸੀਗੇ ਤਾਂ ਗੁਰਮਖ ਪਿਆਰਿਓ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਬੜੇ ਕੀਮਤੀ ਹੁੰਦੇ ਆ ਜੀ ਤਾਂ ਇਹ ਕਰਮਾਂ ਦੀ ਸਾਖੀ ਇਸ ਤਰ੍ਹਾਂ ਬਾਬਾ ਜੀ ਅਕਸਰ ਹੀ ਸੁਣਾਉਂਦੇ ਹੁੰਦੇ ਸੀਗੇ ਸੰਗਤ ਨੂੰ ਵੀ ਉਹਨਾਂ ਨੂੰ ਯਕੀਨ ਹੋ ਜੇ ਇਹ ਗੁਰੂ ਘਰੇ ਜੇ ਆਏ ਆਂ ਕਈ ਵਾਰੀ ਦੁੱਖ ਵੀ ਮਿਲਿਆ ਸਮਝ ਲਓ ਕੋਈ ਕਰਮ ਜਿਹੜਾ ਸੀ ਪੁਰਾਣੇ ਕੱਟੇ ਗਏ ਸੂਲੀ ਤੋਂ ਸੂਲ ਬਣ ਗਈ ਆਂ ਵੀ ਬੰਦੇ ਦੀ ਭਾਵਨਾ ਬਣੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਬਣੇ ਡੋਲੇ ਨਾ ਕਿਉਂਕਿ ਸਾਡਾ ਜਿਹੜਾ ਮਨ ਆ ਪਾਰੇ ਵਾਂਗੂ ਡੋਲਦਾ ਪਿੱਤਲ ਦੇ ਉਹ ਜੋ ਹੁੰਦੇ ਆ ਬਰਤਨ ਹੁੰਦੇ ਆ ਜਿਵੇਂ ਉਹਨਾਂ ਨੂੰ ਕਾਲਖ ਲੱਗ ਜਾਂਦੀ ਆ ਬਾਅਦ ਚ ਉਹ ਚਮਕਾਉਣੇ ਪੈਂਦੇ ਆ ਬਹੁਤ ਬਰੈਸੋ ਮਾਰ ਮਾਰ ਕੇ ਕੈਮੀਕਲ ਲਾ ਕੇ ਚਮਕਾਉਂਦੇ ਆ ਬਿਲਕੁਲ ਇਦਾਂ ਹੀ ਜਿਵੇਂ ਸਰਬ ਲੋ ਦਾ ਬਰਤਨ ਹੁੰਦਾ ਉਹਨੂੰ ਵੀ ਜਰ ਲੱਗ ਜਾਂਦੀ ਹੈ ਸਾਡਾ ਵੀ ਮਨ ਇਦਾਂ ਹੀ ਆ ਪਿੱਪਲ ਦੇ ਪੱਤੇ ਜਿਵੇਂ ਹਲਦੇ ਰਹਿੰਦੇ ਐ ਵੀ ਡੋਲਦਾ ਰਹਿੰਦਾ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤਾਂ ਸਤਿਗੁਰੂ ਮਹਾਰਾਜ ਅੱਗੇ ਬੇਨਤੀ ਕਰੀਏ ਇਹ ਮਹਾਪੁਰਖਾਂ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਆਪ ਜੀ ਨੇ ਬੜੇ ਪਿਆਰ ਨਾਲ ਸੁਣੀ ਆ ਤਾਂ ਆਓ ਜੀ ਉਹਨਾਂ ਦੇ ਦੱਸੇ ਸਿਧਾਂਤ ਸੱਚੀ ਸੁੱਚੀ ਕਰਤ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ